ਆਪਣੀ ਸਕਰੀਨ ਤੇ ਜੋ ਤੁਸੀਂ ਛੱਪੜ ਵੇਖ ਰਹੇ ਹੋ ਦਰਅਸਲ ਛੱਪੜ ਨਹੀਂ ਬਲਕਿ ਖੇਡ ਸਟੇਡੀਅਮ ਹੈ, ਜਿਸ ਵਿੱਚ ਕਿ ਗੰਦਾ ਪਾਣੀ ਜਮ੍ਹਾਂ ਹੋਣ ਦੀ ਵਜ੍ਹਾ ਨਾਲ ਮੰਗੂਰ ਮੱਛੀ ਪਾਲੀ ਜਾਂਦੀ ਹੈ। ਵੈਸੇ ਤੁਹਾਨੂੰ ਦੱਸ ਦਈਏ ਕਿ ਮੰਗੂਰ ਮੱਛੀ ਪਾਲਣ ਤੇ ਵੇਚਣ ਤੇ ਪਾਬੰਦੀ ਲੱਗੀ ਹੋਈ ਹੈ, ਪਰ ਫਿਰ ਵੀ ਇਹਨਾਂ ਨੂੰ ਨਾਜਾਇਜ਼ ਤਰੀਕੇ ਨਾਲ ਪਾਲਿਆ ਜਾ ਰਿਹਾ ਤੇ ਧੜੱਲੇ ਨਾਲ ਬਾਜ਼ਾਰਾਂ ਵਿੱਚ ਵੀ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ। ਜਦੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਦੇ ਮੇਅਰ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਛਾਪਾ ਮਾਰ ਕੇ ਦੋ ਮਛੇਰਿਆਂ ਨੂੰ ਫੜ ਲਿਆ। ਮਛੇਰਿਆਂ ਨੇ ਕਿਹਾ ਕਿ ਉਹ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਇਸ ਮੱਛੀ ਨੂੰ ਵੇਚਦੇ ਨੇ, ਤੇ ਇਹੀ ਨਹੀਂ ਚੰਡੀਗੜ੍ਹ, ਲੁਧਿਆਣਾ, ਦਿੱਲੀ ਵਿੱਚ ਵੀ ਮੰਗੂਰ ਮੱਛੀ ਨੂੰ ਸ਼ਰੇਆਮ ਵੇਚਿਆ ਜਾ ਰਿਹਾ। ਮਛੇਰਿਆਂ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਉਹਨਾਂ ਨੂੰ ਬੂਟੀ ਸਾਫ਼ ਕਰਨ ਬਦਲੇ ਛੱਪੜ 'ਚੋਂ ਮੱਛੀਆਂ ਲਿਜਾਣ ਲਈ ਕਿਹਾ ਸੀ। तो ये तो बैन है, इसको आप बेच नहीं सकते हो, फिर क्यों बेचते हो? ये तो बेच नहीं सकते हो आप। रोटी पानी खाने के लिए तो सर जो बनाना है। किसका है ये? तुम्हारा तालाब है ये? नहीं जी महाराज, मेरा तालाब नहीं, कैसे कहेंगे? किसका है ये? अब किसी का नहीं है, कमेटी का घर का है। कमेटी घर का है? किसने भेजा तुम्हें ये करने के लिए? जसवीर साहब ने कमेटी घर में लगाया है ना, वही हमको बोले आके देखो बूटी, देखो सर वहाँ पूरा जो है कि निकल आया है, पूरा जो है कि दवाई नहीं, बूटी निकालने को बोला, मछली निकालने को बोला, तो कहा कि तू हमें दिहा। एक बात बता, जसवीर सिंह आपको क्या बोला, कब बोला उसने? हो गया चार दिन हो गया। मैं क्या बोला वो जसवीर सिंह? साफ करते करते आज जो है मछली फरने वास्ते आए। जसवीर सिंह ने भेजा आज आपको मच्छी पकड़ने के लिए? मच्छी कहा कि तेरा जो रोटी पानी के इसमें मिल जाएगा तो पकड़ लेना, दो चार दाना तो तेरा रोटी पानी हो जाएगा। मच्छी कौन सी निकाल दी आपको? छिलकार भी है, मांगुर भी है। कितने सालों से निकाल रहे हो? तो मैं दो दिन हुए आए हुए जी। तो किसका तालाब, किसका है ये तालाब? तो पता नहीं, यहाँ बंदे बोले बूटी उटी है सारा, सफाई कर दो, फाड़ लेना। किसने बोला? मेरे फोटो तो दवाई भी डाल। किसने बोला? नहीं दवाई का राजकुमार, किसने बोला? दो चार बंदे इधर के आए थे, हम लोग बोले यार बूटी उटी कर दो, दो तीन दिन फाड़। तो ये मछली बेचते हो आप? हाँ जी, हाँ जी। कितने की बेचते हो? अब जो बिक जाए। कहाँ पे बेचते हो? मोगा मंडी। मोगा मंडी, ये मंगूर मछली है? हाँ जी। मंगूर तो बहन है, बेच नहीं सकते हो आप? मंगूर भी है, छिलकार भी है। तो मंगूर तो बेच नहीं सकते हो? बड़ा मतलब भाई पेट जोगे तो सारा कुछ करना पड़ता जी। तो लोगों की जान से क्यों खिलवाड़ कर रहे हो जब डिपार्टमेंट ने बंद की हुई है? लुधियाने खुलेआम बिक रहा जी, दिल्ली खुलेआम बिक रहा, चंडीगढ़ खुलेआम बिक रहा। तो यहाँ पे भी खुलेआम बेचोगे? नहीं खुलेआम नहीं, तो थोड़ा पर दिन आते बेचने पड़ता जी। ਉੱਥੇ ਹੀ ਨਗਰ ਨਿਗਮ ਦੇ ਮੇਅਰ ਅਕਸ਼ਿਤ ਤੇ ਅਕਾਲੀ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਜੋ ਵੀ ਦੋਸ਼ੀ ਨੇ ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਕੁਛ ਕਾਫੀ ਦਿਨਾਂ ਤੋਂ ਕਾਰਪੋਰੇਸ਼ਨ ਮੇਰੀ ਆਫਿਸ 'ਚ ਸ਼ਿਕਾਇਤ ਆ ਰਹੀ ਸੀਗੀ ਕਿ ਵੀ ਪਿੰਡ ਲੰਡੇਕਿਆਂ ਦੇ ਵਿੱਚ ਵਾਰਡ ਨੰਬਰ 49 ਦੇ 50 ਦੇ ਵਿੱਚ ਇਲੀਗਲ ਤਰੀਕੇ ਨਾਲ ਇੱਥੇ ਫਿਸ਼ ਫਾਰਮ ਬਣਾਇਆ ਹੋਇਆ, ਜੋ ਕਿ ਅਸਲ ਵਿੱਚ ਇਹ ਸਟੇਡੀਅਮ ਹੈ। ਸਟੇਡੀਅਮ ਦਾ ਤਾਂ ਸਾਰਾ ਤਿਆਰੀ ਕੀਤੀ ਹੋਈ ਹੈ, ਹਾਊਸ ਦੇ 'ਚ ਮਤਾ ਵੀ ਪਾਸ ਹੋਇਆ ਹੋਇਆ 49 ਲੱਖ ਦੇ ਰੁਪਏ ਦੇ ਵਿੱਚ ਇਹਨੂੰ ਅਪਗ੍ਰੇਡ ਕਰਨਾ, ਉਹਦਾ ਸਾਰਾ ਟੈਂਡਰ ਪ੍ਰੋਸੈਸ ਹਲੇ ਚੱਲਦਾ ਪਿਆ। ਪਰ ਜਿਹੜੀ ਸ਼ਿਕਾਇਤ ਆਈ ਸੀਗੀ, ਅੱਜ ਮੈਂ ਆਪਣੀ ਟੀਮ ਦੇ ਨਾਲ ਇੱਥੇ ਆ ਕੇ ਚੈਕਿੰਗ ਕੀਤੀ ਹੈ, ਜਿਹਦੇ ਵਿੱਚ ਦੋ ਆਹ ਮਛੁਆਰੇ ਫੜੇ ਗਏ ਆ, ਜੋ ਕਿ ਮੱਛੀਆਂ ਇੱਥੇ ਗਲਤ ਤਰੀਕੇ ਨਾਲ ਇਹਨਾਂ ਨੇ ਪਾਲੀਆਂ ਵੀ ਹੋਈਆਂ, ਕੱਢ ਵੀ ਰਹੇ ਅਤੇ ਵੇਚ ਵੀ ਰਹੇ। ਇਹਨਾਂ ਨੇ ਆਪ ਹੀ ਪਾਲੀਆਂ ਜਾਂ ਕੋਈ ਹੋਰ ਚਲਾ ਰਿਹਾ ਇਸ ਚੀਜ਼? ਦੇਖੋ ਇਹਨਾਂ ਨੂੰ ਹਲੇ ਅਸੀਂ ਪੁਲਿਸ ਨੂੰ ਇਤਲਾਹ ਕੀਤੀ ਆ, ਪੁਲਿਸ ਇਸ ਤੋਂ ਅੱਗੇ ਇਹਨਾਂ ਤੋਂ ਜਾਣਕਾਰੀ ਲਊਗੀ, ਅਤੇ ਜੋ ਕੋਈ ਇਸ 'ਚ ਕਲਪਰੇਟ ਹੋਣਗੇ ਉਹ ਨਹੀਂ ਬਖਸ਼ੇਗਾ। ਤੁਹਾਡੇ ਪਿੰਡ ਦੇ ਵਿੱਚ ਹੀ ਮੰਗੂਰ ਮੱਛੀ ਜਿਹੜੀ ਬੈਨ ਹੈ ਉਹ ਪਾਲੀ ਜਾ ਰਹੀ ਹੈ, ਤੁਸੀਂ ਕਦੇ ਇਸ ਬਾਰੇ ਗੱਲ ਨਹੀਂ ਕੀਤੀ ਕਿਸੇ ਅਧਿਕਾਰੀ? ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ, ਨਾ ਮੱਛੀ ਬਾਰੇ, ਤਾਂ ਜਿਹੜੇ ਹੁਣ ਪਾਲਦੇ ਉਹਨਾਂ ਨੂੰ ਪਤਾ ਨਾ ਵੀ ਅਸੀਂ ਕਿਹੜੀ ਛੱਡੀ ਆ, ਜਾਂ ਕਿ ਤੁੱਟੇ ਕਰ ਲਿਆ ਜਾਂ ਕੀ ਕੀਤਾ। ਅਸੀਂ ਤਾਂ ਹਾਊਸ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀਗਾ, ਉੱਥੇ ਵੀ ਗੱਲ ਅਸੀਂ ਕੀਤੀ ਸੀਗੀ ਵੀ ਸਾਡੇ ਜਿਹੜੀ ਇਹ ਅਲੀਗਲ ਜਿਹੜਾ ਹੈਗਾ ਮੱਛੀ ਜਿਹੜੀ ਪਾਲ ਰਹੀ ਹੈ ਉੱਥੇ ਛੱਡੀ ਹੋਈ ਆ ਸਟੇਡੀਅਮ ਦੀ ਜਗ੍ਹਾ ਦੇ ਵਿੱਚ, ਜੋ ਕਿ ਸਾਡਾ ਖੇਡਾਂ ਵਾਸਤੇ ਅਸੀਂ ਬਣਾਈਏ ਬਿਲਡਿੰਗ, ਪਰ ਉਹਦਾ ਜਿਹੜਾ ਮੈਸੇਜ ਹੋ ਰਿਹਾ ਹੈ। ਫਿਲਹਾਲ ਤਾਂ ਮਛੇਰਿਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ, ਪਰ ਪਾਬੰਦੀ ਦੇ ਬਾਵਜੂਦ ਇਨਸਾਨਾਂ ਲਈ ਖਤਰਨਾਕ ਇਸ ਮੰਗੂਰ ਮੱਛੀ ਨੂੰ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।
ਮੋਗਾ ਤੋਂ ਜੈਸ ਵਰਮਾ ਤੇ ਜੋਗਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।